ਦਾ ਫਿਲਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਫਿਲਮ ਰਿਲੀਜ਼ ਹੋਈ ਹੈ ਮੈਰਿਜ ਪੈਲਸ ਅਤੇ ਅਸੀਂ ਕਰਨ ਜਾ ਰਹੇ ਹਾਂ ਇਸ ਦਾ ਮੂਵੀ ਰਿਵਿਊ, ਜਿਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਕਿਸੇ ਵੀ ਕਾਮੇਡੀ ਫਿਲਮ ਨੂੰ ਦੇਖਦਿਆਂ ਹੋਏ ਫੈਕਟਸ ਵੱਲ ਧਿਆਨ ਘੱਟ ਅਤੇ ਐਂਟਰਟੇਨਮੈਂਟ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ, ਕਿਉਂਕਿ ਜਿੱਥੇ ਕਾਮੇਡੀ ਦੀ ਗੱਲ ਹੋਵੇ ਉੱਥੇ ਐਂਟਰਟੇਨਮੈਂਟ ਹੀ ਮੁੱਖ ਹੁੰਦੀ ਹੈ। ਹੈਪੀ ਗੋਇਲ ਪਿਕਚਰਸ ਦੀ ਪ੍ਰੈਜੈਂਟਡ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਸੁਨੀਲ ਠਾਕੁਰ ਨੇ, ਜਿਸ ਵਿੱਚ ਮੁੱਖ ਕਿਰਦਾਰਾਂ ਵਿੱਚ ਨੇ ਸ਼ੈਰੀ ਮਾਨ ਅਤੇ ਪਾਇਲ ਰਾਜਪੂਤ, ਅਤੇ ਇਹਨਾਂ ਦਾ ਸਾਥ ਨਿਭਾਉਂਦਿਆਂ ਹੋਏ ਫਿਲਮ ਵਿੱਚ ਨਜ਼ਰ ਆਉਣਗੇ ਬੀ ਐਨ ਸ਼ਰਮਾ, ਹਾਰਬੀ ਸੰਘਾ, ਜਸਵਿੰਦਰ ਪੱਲਾ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਅਤੇ ਸੁਮਿਤ ਗੁਲਾਟੀ। ਇਸ ਫਿਲਮ ਦੇ ਵਿੱਚ 90s ਦਾ ਸਮਾਂ ਦਿਖਾਇਆ ਗਿਆ, ਜਦੋਂ ਅੱਖਾਂ ਦੇ ਵਿੱਚ ਇਸ਼ਾਰਿਆਂ ਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ, ਅਤੇ ਇਹ ਪਿਆਰ ਹੋ ਜਾਂਦਾ ਸ਼ੈਰੀ ਮਾਨ ਅਤੇ ਪਾਇਲ ਰਾਜਪੂਤ ਨੂੰ, ਜਿਹੜਾ ਉਹਨਾਂ ਨੂੰ ਲੈ ਜਾਂਦਾ ਵਿਆਹ ਤੱਕ। ਫਿਰ ਇਹਨਾਂ ਦੋਨਾਂ ਦਾ ਵਿਆਹ ਹੁੰਦਾ ਮੈਰਿਜ ਪੈਲਸ ਦੇ ਵਿੱਚ, ਅਤੇ ਇੱਥੇ ਹੀ ਸ਼ੁਰੂ ਹੁੰਦਾ ਹੈ ਟਵਿਸਟ, ਜਿਵੇਂ ਕਿ ਮੈਰਿਜ ਪੈਲਸ ਕਰਕੇ ਹੀ ਇਹ ਦੋਨੋਂ ਵਿਛੜ ਜਾਂਦੇ ਨੇ। ਫਿਰ ਸ਼ੈਰੀ ਮਾਨ ਆਪਣੀ ਘਰਵਾਲੀ ਨੂੰ ਕਿਵੇਂ ਵਾਪਸ ਲੈ ਕੇ ਆਉਣਗੇ, ਲੈ ਕੇ ਵੀ ਆਉਣਗੇ ਜਾਂ ਨਹੀਂ, ਇਸ ਦੇ ਆਲੇ ਦੁਆਲੇ ਹੀ ਸਾਰੀ ਕਹਾਣੀ ਘੁੰਮਦੀ ਹੈ। ਗੱਲ ਕਰੀਏ ਕਿਰਦਾਰਾਂ ਦੀ ਅਦਾਕਾਰੀ ਦੀ, ਤਾਂ ਸ਼ੈਰੀ ਮਾਨ 5 ਸਾਲ ਬਾਅਦ ਇਸ ਫਿਲਮ ਦੇ ਰਾਹੀਂ ਫਿਲਮੀ ਪਰਦੇ 'ਤੇ ਵਾਪਸੀ ਕਰ ਰਹੇ ਨੇ, ਅਤੇ ਉਹਨਾਂ ਦਾ ਇੰਨੇ ਸਾਲਾਂ ਬਾਅਦ ਵੀ ਸਕਰੀਨ ਦੇ ਉੱਤੇ ਉਹੀ ਚਾਮ ਨਜ਼ਰ ਆਇਆ, ਅਤੇ ਨਾਲ ਹੀ ਪਾਇਲ ਰਾਜਪੂਤ ਨੇ ਆਪਣਾ ਕਿਰਦਾਰ ਬਖੂਬੀ ਨਿਭਾਇਆ, ਪਰ ਇਮੋਸ਼ਨਸ ਦੇ ਉੱਤੇ ਉਹ ਥੋੜ੍ਹਾ ਹੋਰ ਇੰਪਰੂਵ ਕਰ ਸਕਦੇ ਨੇ। ਨਾਲੇ ਦੂਜੇ ਪਾਸੇ ਗੱਲ ਕਰੀਏ ਬੀ ਐਨ ਸ਼ਰਮਾ, ਜਸਵਿੰਦਰ ਪੱਲਾ, ਅਨੀਤਾ ਦੇਵਗਨ ਅਤੇ ਨਿਰਮਲ ਰਿਸ਼ੀ ਦੀ ਕਾਮੇਡੀ ਦੀ, ਤਾਂ ਉਹਨਾਂ ਨੇ ਫੁੱਲ ਔਨ ਐਂਟਰਟੇਨ ਕੀਤਾ, ਪਰ ਇਹਨਾਂ ਸਾਰਿਆਂ ਵਿੱਚੋਂ ਇਸ ਵਾਰ ਆਊਟਸ਼ਾਈਨ ਕਰ ਗਏ ਨੇ ਸੁਮਿਤ ਗੁਲਾਟੀ। ਸੁਮਿਤ ਗੁਲਾਟੀ ਫਿਲਮ ਗੋਲਕ ਬੁਗਨੀ, ਬੈਂਕ ਅਤੇ ਬਟੂਆ ਦੇ ਵਿੱਚ ਨਜ਼ਰ ਆਏ ਸੀ, ਅਤੇ ਉਸ ਤੋਂ ਬਾਅਦ ਇਸ ਫਿਲਮ ਦੇ ਵਿੱਚ ਉਹ ਆਪਣੀ ਐਕਟਿੰਗ ਅਤੇ ਕਾਮੇਡੀ ਦੇ ਵਿੱਚ ਇੰਨੇ ਨਿਖਰੇ ਹੋਏ ਨਜ਼ਰ ਆਏ ਨੇ ਕਿ ਕੋਈ ਵੀ ਐਸਾ ਪਲ ਨਹੀਂ ਸੀ ਕਿ ਜਦੋਂ ਉਹ ਸਕਰੀਨ 'ਤੇ ਆਏ ਹੋਣ ਜਾਂ ਕੋਈ ਡਾਇਲੋਗ ਬੋਲਣ ਤਾਂ ਆਡੀਅੰਸ ਹੱਸਣ 'ਤੇ ਮਜਬੂਰ ਨਾ ਹੋਈ ਹੋਵੇ। ਇਸ ਫਿਲਮ ਦੇ ਵਿੱਚ ਉਹ ਸ਼ੈਰੀ ਮਾਨ ਦੇ ਦੋਸਤ ਦਾ ਕਿਰਦਾਰ ਨਿਭਾ ਰਹੇ ਨੇ, ਜਿੱਥੇ ਯਾਰੀ ਦੋਸਤੀ ਦੀ ਗੱਲ ਹੋਵੇ ਉੱਥੇ ਇਨਸਾਨ ਮਦਦ ਜ਼ਰੂਰ ਕਰਦਾ, ਅਤੇ ਇਸ ਫਿਲਮ ਦੇ ਵਿੱਚ ਉਹਨਾਂ ਦੀ ਮਦਦ ਕਰਨ ਦਾ ਅੰਦਾਜ਼ ਤੁਹਾਨੂੰ ਇੰਪ੍ਰੈਸ ਜ਼ਰੂਰ ਕਰੇਗਾ। ਮੈਰਿਜ ਪੈਲਸ ਫਿਲਮ ਦੇ ਵਿੱਚ 90s ਦਾ ਸਮਾਂ ਦਿਖਾਇਆ ਗਿਆ, ਅਤੇ ਉਸ ਸਮੇਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਦਰਸਾਇਆ ਵੀ ਗਿਆ, ਜਿਵੇਂ ਕਿ ਜ਼ਿਆਦਾਤਰ ਪੰਜਾਬੀ ਪੀਰੀਅਡ ਫਿਲਮਾਂ ਦੇ ਵਿੱਚ ਸਕੂਟਰ ਤੱਕ ਤਾਂ ਦੇਖਣ ਨੂੰ ਮਿਲ ਜਾਂਦਾ, ਪਰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੀ ਲੂਨਾ, ਯਾਮਾ ਅਤੇ ਰਿਕਸ਼ੇ, ਜਿਹੜੇ ਦੇਖਣ ਨੂੰ ਬੜੇ ਹੀ ਇੰਟਰਸਟਿੰਗ ਲੱਗੇ, ਅਤੇ ਉਸ ਸਮੇਂ ਦੇ ਗਲੀ ਮੁਹੱਲਿਆਂ ਦੇ ਵਿੱਚ ਕੀ ਮਾਹੌਲ ਹੁੰਦਾ ਸੀ ਉਹ ਵੀ ਦੇਖਣ ਨੂੰ ਮਿਲਿਆ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਫਿਲਮ ਕਾਮੇਡੀ ਦੇ ਨਾਲ ਭਰਪੂਰ ਹੈ, ਅਤੇ ਜੇ ਗੱਲ ਕਰੀਏ ਕਾਮੇਡੀ ਪੰਚਿਸ ਦੀ, ਉਹਨਾਂ ਦੇ ਵਿੱਚ ਇੱਕ ਅਲੱਗ ਜਿਹੀ ਫਰੈਸ਼ਨੈਸ ਹੈ, ਜਿਹੜੀ ਕਿ ਜੇ ਕਿਤੇ ਫਿਲਮ ਟੁੱਟਦੀ ਵੀ ਹੋਵੇ ਤਾਂ ਵੀ ਆਡੀਅੰਸ ਨੂੰ ਆਪਣੇ ਨਾਲ ਬਣ ਕੇ ਰੱਖਦੀ ਹੈ। ਜਿਵੇਂ ਕਿ ਅਸੀਂ ਸ਼ੁਰੂਆਤ ਵਿੱਚ ਕਿਹਾ ਕਿ ਜਿੱਥੇ ਕਾਮੇਡੀ ਦੀ ਗੱਲ ਹੋ ਰਹੀ ਹੋਵੇ ਉੱਥੇ ਫੈਕਟਸ ਵੱਲ ਧਿਆਨ ਘੱਟ ਦੇਣਾ ਚਾਹੀਦਾ ਅਤੇ ਐਂਟਰਟੇਨਮੈਂਟ ਵੱਲ ਜ਼ਿਆਦਾ, ਕਿਉਂਕਿ ਜੇਕਰ ਫੈਕਟਸ ਵੱਲ ਧਿਆਨ ਜ਼ਿਆਦਾ ਦਿੱਤਾ ਜਾਏ ਤਾਂ ਕੁਝ ਗੱਲਾਂ ਸਮਝ ਨਹੀਂ ਆਉਂਦੀਆਂ, ਜਿਵੇਂ ਕਿ ਇਸ ਫਿਲਮ ਵਿੱਚ ਵੀ ਐਸੀਆਂ ਗੱਲਾਂ ਦੇਖਣ ਨੂੰ ਮਿਲੀਆਂ ਕਿ ਹਾਰਬੀ ਸੰਘਾ ਆਪਣੀ ਘਰਵਾਲੀ ਦੀ ਪਹਿਚਾਣ ਦੇ ਲਈ ਉਸਦੀ ਬਾਂਹ ਦੇ ਉੱਤੇ ਇੱਕ ਨਿਸ਼ਾਨੀ ਬਣਾਉਂਦੇ ਨੇ, ਅਤੇ ਉਸ ਨਿਸ਼ਾਨੀ ਦਾ ਉਹਨਾਂ ਦੇ ਇਲਾਵਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਅਤੇ ਇਹ ਕਿਵੇਂ ਹੋ ਸਕਦਾ ਕਿ ਜਿਸ ਦੀ ਬਾਂਹ ਦੇ ਉੱਤੇ ਨਿਸ਼ਾਨੀ ਬਣਾਈ ਗਈ ਹੋਵੇ ਉਸਨੂੰ ਆਪ ਹੀ 2 ਦਿਨ ਬਾਅਦ ਪਤਾ ਲੱਗੇ। ਇਸੇ ਤਰ੍ਹਾਂ ਦੀਆਂ 2-3 ਗੱਲਾਂ ਹੋਰ ਫਿਲਮ ਵਿੱਚ ਦੇਖਣ ਨੂੰ ਮਿਲੀਆਂ ਜਿਹੜੀਆਂ ਕਿ ਸਮਝਣ ਵਿੱਚ ਕੁਝ ਮੁਸ਼ਕਿਲ ਸੀ, ਪਰ ਕਾਮੇਡੀ ਫਿਲਮ ਦੀ ਗੱਲ ਹੋ ਰਹੀ ਹੈ ਤਾਂ ਇਹ ਫਿਲਮ ਪੂਰੀ ਤਰ੍ਹਾਂ ਨਾਲ ਐਂਟਰਟੇਨ ਜ਼ਰੂਰ ਕਰਦੀ ਹੈ, ਜਿਹੜਾ ਕਿ ਇੱਕ ਕਾਮੇਡੀ ਫਿਲਮ ਤੋਂ ਐਕਸਪੈਕਟ ਕੀਤਾ ਜਾਂਦਾ ਹੈ। ਮੈਰਿਜ ਪੈਲਸ ਫਿਲਮ ਦੇ ਰਾਹੀਂ ਇੱਕ ਚੰਗਾ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਮੋਸ਼ਨਸ ਨੂੰ ਚੰਗੀ ਤਰ੍ਹਾਂ ਨਾਲ ਦਰਸਾਏ ਨਾ ਜਾਣ ਕਰਕੇ ਉਹ ਮੈਸੇਜ ਉਨੀ ਗਹਿਰਾਈ ਨਾਲ ਦਿਲ ਨੂੰ ਨਹੀਂ ਛੂ ਪਾਉਂਦਾ। ਜਿੱਥੇ ਐਕਟਰਸ ਡਾਇਲੋਗ ਡਿਲੀਵਰੀ ਵਧੀਆ ਕਰ ਰਹੇ ਨੇ ਉੱਥੇ ਹੀ ਸ਼ਾਇਦ ਇਹ ਕਮੀ ਹੈ ਡਾਇਰੈਕਸ਼ਨ ਪੱਖੋਂ ਉਸ ਚੀਜ਼ ਨੂੰ ਸਮਝਾਉਣ ਦੀ ਜਾਂ ਫਿਰ ਬੈਕਗਰਾਊਂਡ ਸਕੋਰ ਦੇ ਸਾਥ ਨਾ ਦੇਣ ਦੀ। ਬਾਕੀ ਟੈਕਨੀਕਲ ਐਸਪੈਕਟਸ 'ਤੇ ਚੰਗਾ ਕੰਮ ਕੀਤਾ ਗਿਆ ਅਤੇ ਖਾਸਾ ਧਿਆਨ ਦਿੱਤਾ ਗਿਆ ਆਰਟ ਡਾਇਰੈਕਸ਼ਨ ਦੇ ਉੱਤੇ, ਜਿਹੜੀ ਕਿ ਇਸ ਫਿਲਮ ਦੇ ਵਿੱਚ ਨਜ਼ਰ ਵੀ ਆ ਰਹੀ ਹੈ। ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਬਹੁਤੇ ਗਾਣੇ ਸ਼ੈਰੀ ਮਾਨ ਦੀ ਆਵਾਜ਼ ਵਿੱਚ ਸੁਣਨ ਨੂੰ ਮਿਲੇ, ਅਤੇ ਸਾਰੇ ਨਾਲੋਂ ਵਧੀਆ ਗਾਣਾ ਸੀ ਜੱਟ ਮੈਰਿਜ ਪੈਲਸ। ਦਾ ਫਿਲਮਸ ਵੱਲੋਂ ਅਸੀਂ ਮੈਰਿਜ ਪੈਲਸ ਨੂੰ ਦੇਵਾਂਗੇ 3 ਸਟਾਰਸ। ਤੁਹਾਡਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਦਾ ਫਿਲਮਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।